ਸਤਿ ਸ਼੍ਰੀ ਅਕਾਲ ਮੈਂ ਜਸਵੰਦਰ ਪਾਲ ਚੈਨ ਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਪੰਜਾਬ ਦੀ ਸਿਆਸਤ ਵੀ ਇਸ ਸਮੇਂ ਗਰਮ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਸਭਾ ਜਿਹੜੀਆਂ ਚੋਣਾਂ ਨੇ ਜਲੰਧਰ ਦੀ ਜਿਹੜੀ ਸੀਟ ਖਾਲੀ ਹੋਈ ਸੀ ਉਹਦੀ ਉਪ ਚੋਣ ਹੁੰਦੀ ਆ ਰਹੀ ਹੈ ਤੇ 10 ਮਈ ਨੂੰ ਹੋਤੇ ਵੋਟਾਂ ਪੜੀਆਂ ਉਸ ਤੋਂ ਪਹਿਲਾਂ ਸਿਆਸਤ ਗਰਮ ਨਾ ਹੋਵੇ ਹੋ ਨਹੀਂ ਸਕਦਾ ਤੇ ਅਕਾਲੀ ਦਲ ਜੋ ਆਪਣਾ ਉਮੀਦਵਾਰ ਸੀਟ ਲਈ ਲਾਂਨਨ ਤੋਂ ਵਾਂਝਾ ਰਹਿ ਗਿਆ ਉੱਬਸ ਪੰਜਾਬ ਨਾਲ ਮਿਲ ਕੇ ਇਸ ਸਮੇਂ ਸਲਾਹਕਾਰ ਫਲ ਹਾਲ ਅਕਾਲੀ ਦਲ ਦੇ ਖੇਮੇ ਵਿੱਚ ਇੱਕ ਵੱਡੀ ਖਬਰ ਇਹ ਹੀ ਆ ਰਹੀ ਹੈ ਕਿ ਉਪਲਬਧ ਦੀ ਵੀ ਮੰਨੀ ਜਾ ਰਹੀ ਹੈ ਸਖਬੀਰ ਬਾਦਲ ਵੱਲੋਂ ਸੰਕੇਤ ਵੀ ਦਿੱਤੇ ਗਏ ਨੇ ਕਿ ਸਰਵੰਤ ਸਿੰਘ ਫਲੋਰ ਜੋ ਸਾਫ ਕਾਮੰਤਰੀ ਤੇ 6 ਵਾਰ ਅਕਾਲੀ ਦਲ ਦੀ ਸੀਟ ਤੋਂ ਐਮਐਲਏ ਰਹਿ ਚੁੱਕੇ ਨੇ ਉਹ ਅਕਾਲੀ ਦਲ ਖੇਮੇ ਵਿੱਚ ਵਾਪਸ ਆ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਸਖਬੀਰ ਬਾਦਲ ਨਾਲ ਨਾਰਾਜ਼ਗੀ ਤੋਂ ਬਾਅਦ ਸਰਵੰਤ ਸਿੰਘ ਫਲੋਰ ਅਕਾਲੀ ਦਲ ਨੂੰ અલਵਿਦਾ ਕਹਿੰਦੇ ਹੋਏ ਕਾਂਗਰਸ ਵਿੱਚ ਸ਼ਾਮਲ ਹੋ ਗਏ ਕਾਂਗਰਸ ਤੋਂ ਬਾਅਦ ਉਹਨਾਂ ਦਾ ਦਿਲ ਉੱਥੇ ਵੀ ਨਹੀਂ ਲੱਗਿਆ ਤੇ ਉਹ ਅਕਾਲੀ ਦਲ ਸੰਯੁਕਤ ਸੁਖਦੇਵ ਸਿੰਘ ਢੀਡਸਾ ਦੀ ਅਗਵਾਈ ਵਿੱਚ ਸ਼ਾਮਲ ਹੋ ਗਏ ਸਨ ਪਰੰਤੂ ਖਬਰ ਹੁਣ ਇਹ ਜੀ ਆ ਰਹੀ ਹੈ ਕਿ ਸਰਵਨ ਸਿੰਘ ਫਲੋਰ ਫੇਰਕਰ ਵਾਪਸੀ ਕਰਦੇ ਨਜ਼ਰ ਆ ਰਹੇ ਨੇ ਜਿਸ ਦੇ ਸੰਕੇਤ ਸ਼ਰੋਨੀ ਅਕਾਲੀ ਦਲ ਬਾਦਲ ਨੇ ਵੀ ਦਿੱਤੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਸ਼ਰੋਨੀ ਅਕਾਲੀ ਦਲ ਬਾਦਲ ਇਸ ਸਮੇਂ ਆਪਣਾ ਉਮੀਦਵਾਰ ਐਲਾਨ ਕਰ ਸਕਦਾ ਹੈ ਉਹ ਉਹਨਾਂ ਵਿੱਚ ਜਿਸ ਦਾ ਸਭ ਤੋਂ ਵੱਡਾ ਨਾਮ ਏ ਆਰ ਐਸ ਸਰਵਨ ਸਿੰਘ ਫਲੋਰ ਹੋ ਸਕਦੇ ਨੇ ਅਕਾਲੀ ਦਲ ਬਸਪਾ ਦੇ ਉਮੀਦਵਾਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਾਂਗਰਸ ਵੱਲੋਂ ਕਰਮਜੀਤ ਕੌਰ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਪਣਾ ਉਮੀਦਵਾਰ ਕੋਸ਼ਿਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਨੇ ਸ਼ਸ਼ੀਲ ਰਿੰਕੂ ਨੂੰ ਕੀਤਾ ਗਿਆ ਜੋ ਕਿ ਕਾਂਗਰਸ ਦੇ ਸਾਥਕਾ ਐਮ ਐਲ ਏ ਸਨ ਤੇ ਕਾਂਗਰਸ ਨੂੰ ਕਿਸ ਦਿੰਦੇ ਹੋਏ ਇੱਕ ਉਹਦੇ ਖੇਮੇ ਸੇਧ ਦਿੰਦੇ ਹੋਏ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਰਕੇਸ਼ ਨੂੰ ਮਾਫ ਕਰਨਾ ਸ਼ਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਬਣਾ ਕੇ ਫਿਲਹਾਲ ਭਾਜਪੀ ਇਸ ਮਾਮਲੇ 'ਚ ਪਿੱਛੜ ਦੀ ਨਜ਼ਰ ਆ ਰਹੀ ਹੈ ਤੇ ਭਾਜਪੀ ਦਾ ਕੌਣ ਕੈਂਡੀਡੇਟ ਹੋਵੇਗਾ ਜੋ ਇਸ ਮਕਾਮੇ ਨੂੰ ਪਖਾਵੇਗਾ ਫਿਲਹਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲੰਧਰ ਲੋਕ ਸਭਾ ਵਲ ਲੋਕਾਂ ਦੀ ਨਜ਼ਰ ਲੱਗ ਗਈ ਹੈ ਆਖਰ ਲੋਕ ਚੌਧਰੀ ਸੰਤੋਖ ਸਿੰਘ ਵਲ ਆਪਣੀ ਸ਼ਰਧਾਂਜਲੀ ਦੇਣਗੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਬਦਲਾਅ ਕਮ ਨੂੰ ਦੇਖਦੇ ਹੋਏ ਆਪਣਾ ਯੋਗਦਾਨ ਦੇਣਗੇ ਜਾਂ ਫਿਰ ਅਕਾਲੀ ਦਲ ਅਤੇ ਭਾਜਪਾ ਚੋਂ ਚੁਣਨਗੇ ਫਿਲਹਾਲ ਇਹ ਵੱਡਾ ਸਵਾਲ ਹੈ ਜਿਸ ਨੂੰ 13 ਮਈ ਦੀ ਗਿਣਤੀ ਹੀ ਦੱਸੇਗੀ ਫਿਲਹਾਲ ਮੈਦਾਨ ਪੱਕ ਚੁੱਕਿਆ ਹੈ ਅਗਲੀ ਅਪ੍ਰੈਲ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ